हाँ जी किसान वीरो स्वागत है तुहाड़ा अपने यूट्यूब चैनल बावा डेयरी फार्म दे उत्ते जी। अज की वीडियो में आप पांच वैड़ा सेल लई लैके आए जी। आओ पुछ लैने भाई थोड़े ते आज भाई जी। सत श्रीकाल भाई, नाम ते एड्रेस बोल दे। नाम करते है पिंड ढैलवां जी, जिला बरनाला, तहसील तपाई, नेड़े पिंड भाई, तपाई पैंदा नेड़े दा भाई। अपन ठीक है भाई, मोबाइल नंबर बोल दे 8423-10778। ठीक है भाई, भाई जी पहले नंबर ते बैठ देने, केड़ा सूआ सही है? ਇਹ ਵੀਰੇ ਸੂਆ ਤਾਂ ਸੂਈਆ ਦੂਜੇ ਹੀ। ਇਹ ਮਾਲ ਆਉਂਦਾ ਵੈਸੇ ਆਪਣਾ ਸਾਰਾ ਹੀ 1 ਤਰੀਕੇ ਦੇ ਰਾਮਪੁਰੇ ਦੀ ਮੰਡੀ ਤੋਂ ਲਿਆ ਵਾ। ਠੀਕ ਹੈ। ਤੇ ਇਹ ਬੱਸੀ ਸੀਗੀ ਆਪਣੇ ਗੈਸਟ ਨਾਲ ਪਿੰਡ ਦੀ ਜੈਮਲ ਸਿੰਘ ਵਾਲੀ ਦੀ। ਇਹਦੇ ਮਾਗਰ ਸੀਗੀ ਬੱਸੀ। ਤੇ ਬੱਸੀ ਮਾਲ ਕਾ ਨੂੰ ਦੇਤੀ ਸੀ ਆਪਾਂ ਮੁੱਲ ਕਰਕੇ, ਤੇ ਉਹ ਥੋੜਾ ਜਿਹਾ ਰੇਟ ਜ਼ਿਆਦਾ ਕਰਦੇ ਸੀ। ਠੀਕ ਹੈ ਭਾਈ, ਠੀਕ ਹੈ ਨਾ। ਖੋਲ ਲੈ ਭਾਈ ਤੂੰ। ਤੇ ਦੁੱਧ ਹੁਣ ਇਹ ਇਸ ਟਾਈਮ ਬਣਾ ਗਈ ਅੱਜ 9 ਤੇ 10 ਦੇ ਵਿਚਾਲੇ ਇਹਦੇ ਥੱਲੇ ਦੁੱਧ ਹੋਗਾ। ਠੀਕ ਹੈ। ਤੇ ਬਾਕੀ ਹਜੇ ਮੰਡੀ ਤੋਂ ਆਈ ਨਹੀਂ ਨਾ, ਮਤਲਬ ਵੀ ਤੀਜਾ ਦਾ ਸਾਧਨ ਹੋਇਆ। ਠੀਕ ਹੈ। ਦੁੱਧ ਹੈ 10-11 ਕਿਲੋ ਦੇਊਗੀ ਜਮਾ ਹਾਜ਼ਰ। ਠੀਕ ਹੈ ਭਾਈ, ਚਵਾਈ ਚਵੀ ਦੀ ਕਿਵੇਂ? ਚਵਾਈ ਦੀ ਜਮਾ 1 ਨੰਬਰ ਆਉਂਦੀ, ਆਪਣੀ ਫੁੱਲ ਸਹੀ ਦੀ ਹੈ, ਗਾਰੰਟੀ ਹੈ। ਠੀਕ ਹੈ ਭਾਈ। ਤੇ ਬਾਈ ਕੱਦ ਕਾਠ ਬਹੁਤ ਚੰਗਾ, ਤੇ ਜਾਤ ਬਰੀਡ ਠੀਕ, ਬਾਕੀ ਸੀਲ ਠੰਡੀ ਵੀ ਬਹੁਤ ਜ਼ਿਆਦਾ ਹੈ ਜਿੰਨੀ ਵੀ ਕਹਿੰਦੇ। ਮੋੜ ਲੈ ਵੀਰੇ, ਮੁੱਲ ਕੀ ਹੈ ਤੇ ਵੀਰੇ ਇਹਦਾ? ਮੁੱਲ ਜੀ ਆਪਾਂ ਲੈਣ ਦੇ 26,000 ਦੀ ਬਾਦੇ ਦੇ ਮਾਨਤਾਨ ਵਿੱਚੋਂ, ਮਾੜਾ ਮੋਟਾ ਹੋ ਜੀ ਚਲੋ। ਠੀਕ ਹੈ ਜੀ, ਤੇ ਹੁਣ ਠੀਕ ਹੀ ਪਾਇਆ ਰੇਟ ਆਪਾਂ ਦਾ। ਠੀਕ ਹੈ ਜੀ, 26,000 ਰੁਪਇਆ ਮੁੱਲ ਆ ਮਾਨਤਾਨ ਵਿੱਚ ਹੋ ਜਾਊਗਾ, ਥਣ ਚੰਗਾ ਲੱਗੇ। ਅੱਗੇ ਭਾਈ 2 ਨੰਬਰ ਤੇ ਖੋਲ ਲੈ ਭਾਈ ਇਹਨੂੰ, ਮੈਂ ਡਿਟੇਲ ਦੱਸ ਦੇ ਭਾਈ ਕਿਹੜਾ ਸੂਆ ਸੂਈ ਵੀ ਆ? ਇਹ ਸੂਆ ਸੂਈ ਵੀ ਆ ਮੇਰੇ ਤੀਜਾ ਇਸ ਦੀ। ਠੀਕ ਆ, ਤੀਜੇ ਸੂਆ ਸੂਈ ਵੀ ਆ, ਮੰਗ ਰਹੇ ਬੱਚਾ ਦਾ। ਇਹਨੂੰ ਸੂਈ ਨੂੰ ਅੱਜ ਆਏ ਮੰਨੋ ਵੀ 26 27 ਦਿਨ 28 ਦਿਨ ਹੋ ਗਏ ਹੋਣਗੇ। ਠੀਕ ਆ, ਤੇ ਦੁੱਧ ਆਪਾਂ 15 ਲੀਟਰ ਆਪਦੇ ਘਰੋਂ ਚਵਾ ਕੇ ਦੇਵਾਂਗੇ, ਚਾਹੇ ਅਗਲਾ 4 ਦਿਨ ਚੋਲੀ। ਠੀਕ ਹੈ ਜੀ, ਹਾਂਜੀ ਠੀਕ ਠੀਕ। ਬਾਕੀ ਫਿਰ ਚਵਾਈ ਤੂੰ ਵੀ ਉਦੀ ਚਾਹੀਦੀ ਆ, ਬੱਸੀ ਦੀ ਜਿੰਨੀ ਵੀ ਕਹਿ ਦੇ। ਹਾਂ, ਠੰਡੀ ਸੀਲ, ਠੰਡੀ ਸੀਲ ਵਾਧੂ ਜਿੰਨੀ ਵੀ ਕਹਿ ਦੇ ਲੈ ਭਾਈ। ਨੇੜ ਤੋਂ ਚੈੱਕ ਕਰਵਾਉਨੇ ਆਰਡਰ, ਚਵਾਈ ਚਵੀ ਤਾਂ ਤੂੰ ਕੋਲ ਲਾਇਆ ਡਾਕਟਰ ਜੀ। ਠੀਕ ਹੈ, ਨਾ ਬਤਾ। ਠੀਕ ਹੈ, ਮੁੱਲ ਕੀ ਹੈ ਤਾਂ ਵੀਰੇ? ਚਵਾਈ ਆਪਾਂ ਦੀ ਕਰਕੇ ਦਿਖਾਉਣੇ ਮੜੀ, ਜਿਹਨੇ ਬੱਚੇ ਤੇ ਆ ਜਾਣਗੇ। ਠੀਕ ਹੈ ਭਾਈ, ਮੁੱਲ ਕੀ ਹੈ ਤਾਂ? ਮੁੱਲ ਭਾਈ ਯਾਰ ਇਹਦਾ ਮੁੱਲ ਆਪਾਂ ਕਰਦੇ 40,000 ਦੇਖਾ। ਚਲੋ ਕੋਈ ਗੱਲ ਨਹੀਂ, ਮੌਕੇ ਤੇ ਮਾੜੀ ਮੋਟੀ ਬਾਅਦ ਘਾਟ ਹੋ ਜੂ। ਠੀਕ ਹੈ ਜੀ, ਚਵਾਈ ਚਵੀ ਦਾ ਤਾਂ ਅੰਤੀ ਕੋਈ ਨਹੀਂ। ਮੁੱਲ 40 ਆ, ਬਸ ਥੋੜਾ ਜਿਹਾ ਮਾਨ ਪਾਣਾ ਆਪਾਂ ਹੋ ਗਿਆ ਕਰ ਦੇ। ਬਸ ਠੀਕ ਹੈ, ਅੱਗੇ ਬਾਈ 3 ਨੰਬਰ ਵਾਲੀ ਖੋਲ ਲਓ, ਕਿਹੜਾ ਸੂਆ ਸੂਈ ਹੈ ਇਹ? ਇਹ ਸੂਆ ਸੂਈ ਵੀ ਆ ਵੀਰੇ, ਇਹ ਵੀ ਸੂਆ ਤੀਜਾ ਹੀ ਹੈ ਜੀ। ਖੋਲ ਲਓ। ਅੱਛਾ ਜੀ, ਇਹਦੇ ਥੱਲੇ ਦੁੱਧ ਹੁਣ ਹੈਗਾ ਇਸ ਟਾਈਮ 11-10-11 ਕਿਲੋ। ਠੀਕ ਹੈ ਜੀ, ਤੇ ਇਹਨੂੰ ਸੂਈ ਨੂੰ ਅੱਜ ਦੇਣਾ, ਐ ਮੰਨ ਵੀ ਤੂੰ 1500 ਹੋਇਆ। ਠੀਕ ਹੈ, ਇਹਦਾ ਬੱਚਾ ਉਹ ਅੰਦਰ ਬੈਠਾ। ਦੁੱਧ ਕਿੰਨਾ ਹੈ ਇਹਦੇ ਥੱਲੇ? ਦੁੱਧ ਵੀਰੇ ਹੁਣ ਹੈਗਾ 10 ਤੋਂ ਬਾਹਰ, 11 ਲੀਟਰ ਅੱਜ ਜਾਨੀ ਕਿ ਜਮਾ ਹਾਜ਼ਰ ਆ ਜਿਹੜਾ। ਤੇ ਬਾਕੀ ਸਰੇ ਇਹ ਵੀ ਮੰਡੀ ਤੋਂ ਆਈ ਦੀ 1 ਤਰੀਕ ਨੂੰ। ਠੀਕ ਹੈ ਭਾਈ, ਹਾਂ ਇਹਦਾ ਮੁੱਲ ਵੀਰੇ? ਮੁੱਲ ਇਹਦਾ ਬਸ ਇਹਦਾ ਆਪਾਂ ਡਾਕਟਰ 32,000 ਦੀ ਹਾਂ ਤੇ ਇਹ ਦੇਣੀ ਹੈ। ਠੀਕ ਹੈ ਭਾਈ, ਹਾਂ ਭਾਈ ਠੀਕ ਹੈ। ਅੱਗੇ ਵੀਰੇ 4 ਨੰਬਰ ਦੁੱਧ, ਇਹ ਵੀ ਜ਼ਿੰਮੇਵਾਰੀ ਆਪਣੀ 13-14 ਕਿਲੋ ਦੀ। ਠੀਕ ਹੈ, ਬਾਕੀ ਸੀਲ ਠੰਡੀ ਬਹੁਤ ਜ਼ਿਆਦਾ ਜਿੰਨੀ ਵੀ ਕਹਦੇ। ਠੀਕ ਠੀਕ ਠੀਕ, ਹਾਂ 4 ਨੰਬਰ ਵਾਲੀ ਖੋਲ ਲਓ ਭਾਈ। ਜਰਸੀ ਆ? ਜਰਸੀ ਹੈ ਵੀਰੇ, ਇਹ ਗੱਬਣ ਆ। ਠੀਕ ਹੈ, ਤੋਕੜ ਗੱਬਣ? ਨਾ ਨਾ, ਸੂਣ ਵਾਲੀ ਆ, ਇਹਦਾ ਅੱਜ ਇਹ 11-12 ਦਿਨਾਂ ਦੀ ਕੱਚੀ ਆ। ਓਕੇ ਠੀਕ ਆ ਭਾਈ, ਕੀ ਰਿਕਾਰਡ ਦੁੱਧ ਦਾ ਵੀਰੇ? ਰਿਕਾਰਡ ਦਾ ਦੁੱਧ ਦਾ ਭਾਈ, ਇਹਨੇ ਪਹਿਲੇ ਸੂਏ ਦੁੱਧ ਕੱਢਿਆ ਵਾ ਜਮਾ 14-15 ਕਿਲੋ ਹਾਜ਼ਰ। ਠੀਕ ਠੀਕ, ਐਲ ਕੀ ਦੁੱਧ 15 ਤੋਂ ਬਾਹਰ ਦੇ, ਕਿਉਂਕਿ ਚੰਗੀ ਆ ਕੱਦ ਕਾ। ਠੀਕ ਆ, ਆਰਡਰ ਵੀ ਚੰਗਾ ਥਣ ਸੋਹਣਾ ਤਿਆਰ ਕਰ ਜਿਹਦਾ ਦਿਨ ਭਾਈ ਹਜੇ ਲੈਂਦੀ ਆ, ਉਹਦੋਂ ਆਰਡਰ ਦੀ ਕੁਆਲਿਟੀ ਨੇ ਵਧੀਆ ਤਿਆਰ। ਹਾਂ, 11-12 ਦਿਨ ਲੈ ਜੂ, ਬਾਕੀ ਪੰਜਾਬ ਵਾਲੀ ਹੈ ਕਿਹੜਾ ਕੋਈ ਉਧਰ ਲਈ ਆਪਣੇ। ਹਾਂ, ਮੁੱਲ ਕੀ ਇਹਦਾ? ਇਹਦਾ ਮੁੱਲ ਬਸ ਇਹ ਆਪਾਂ 42,000 ਦੀ ਦੇਣੀ ਆ, ਮੁੱਲ ਕਰਾਉਣ ਨੂੰ ਕੁਛ ਮਾਨਤਾਨ ਵਿੱਚੋਂ ਮਾੜਾ ਮੋਟਾ ਤਾਂ ਹੋ ਜੂ ਦੇਖਿਆ ਦੇ ਡਾਕਟਰ। ਹਾਂ, ਪਰ ਦੁੱਧ ਦੀ 1500 ਵਾਲੀ ਆਪਣੀ ਜ਼ਿੰਮੇਵਾਰੀ ਹੋਊਗੀ। ਓਕੇ ਭਾਈ, ਹੋਲ ਲਓ ਭਾਈ 5 ਨੰਬਰ। ਕਿਹੜਾ ਸੂਆ ਸੂਈ ਹੈ ਭਾਈ? ਇਹ ਸੂਆ ਸੂਗੀ ਐਤਕੀ ਭਾਈ ਤੀਜਾ, ਗੱਬਣ ਹੈਗੀ, ਗੱਬਣ ਹੈਗੀ। ਇਹ ਮੰਨ ਲਾ ਵੀ ਤੂੰ ਮੇਰੇ ਏਰੀਏ 'ਚ ਬਸ 5-7 ਦਿਨਾਂ ਦੀ ਕੱਚੀ ਆ। ਠੀਕ ਆ, ਚੱਲ ਕਹਿੰਗੀ। ਠੀਕ ਆ, ਤੇ ਦੁੱਧ ਜਮਾ 14-15 ਕਿਲੋ ਦੇ ਦੀ ਵੀ ਜ਼ਿੰਮੇਵਾਰੀ ਹੈ। ਠੀਕ 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 ਠੀਕ, ਕਿੰਨੇ ਕਿੰਨੇ ਲੈਂਦੀ ਹੈ ਹਜੇ? ਇਹਦੇ ਦਿਨ ਹਜੇ 6-7 ਗਿਣਤੀ 'ਚ ਬਾਕੀ ਆ। ਠੀਕ ਆ, ਗਰਮੀ ਘੱਟ ਮਨੂੰ ਫੈਂਡ ਚੰਗੀ ਉਹ ਯਾਦ ਬਰੀਡ ਚ ਨਾ ਬਤਾ। ਇਹਦਾ ਮੁੱਲ ਵੀਰੇ? ਇਹਦਾ ਮੁੱਲ ਕਰਦੇ ਆ ਬਈ ਆਪਾਂ, ਇਹਦਾ ਮੁੱਲ 36,000 ਦੀ ਦੇ ਦਾਂਗੇ ਬਸ। 36,000 ਰੁਪਏ ਮਾਨਤਾਨ ਹੋ ਜੂ? ਮਾਨਤਾਨ ਹੋ ਜੂ ਮਾੜਾ ਮੋਟਾ। ਠੀਕ ਹੈ ਜੀ, ਲੈ ਚਲੋ ਅੰਦਰ ਜੀ। 36,000 ਰੁਪਏ ਮੁੱਲ ਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ। ਬਿਲਕੁਲ ਵਾਰੀ ਹੋਈ ਵੀ ਹੈ ਯਾਰ ਫਾਸ ਤੇ। ਜਾਤ ਬਰੀਡ ਚੰਗੀ ਆ ਬਈ, ਗਰਮੀ ਘੱਟ ਮਨੂੰ ਫੈਂਡ ਫੂਡ ਇਹਦੀ ਚੰਗੀ ਆ। ਨਗ ਬਾਈ ਕੋਲੇ 5 ਸੀ ਬਾਈ, 5 ਦਿਖਾਤੇ, ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।